ਤੇ ਕੁਛ ਕੇ ਸਾਡੇ ਰਿਸ਼ਤੇਦਾਰ ਲੈ ਜਾਂਦੇ ਆ ਕਿ ਧੀ ਨੇ ਕੁੱਟਿਆ ਪਿਓ ਨੂੰ। ਜਗਜੀਤ ਤਾਂ ਬਥੇਰਾ ਕਮਾਉਂਦੀ ਆ, ਤੁਸੀਂ ਨੀ ਖਾਂਦੇ। ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਨੂੰ ਸਵਾਗਤ ਹੈ ਸਾਡੇ ਇੱਕ ਹੋਰ ਨਵੇਂ ਵਲੌਗ 'ਚ। ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਟਾਈਮ ਹੋ ਗਿਆ ਦੁਪਹਿਰ ਦੇ 12:15 ਹੋ ਗਿਆ। ਗੁਨੂੰ ਨੇ ਜਾਣਾ 1 ਵਜੇ ਟਿਊਸ਼ਨ, ਅਤੇ ਗੁਨੂੰ ਵਾਸਤੇ ਆਹ ਬਣਾਉਂਦੀ ਸੀ ਮੈਂ। ਮੈਂ ਕਿਹਾ ਖਾ ਕੇ ਚਲੀ ਜਾਊਗੀ ਫਰਾਈਜ਼। ਉਹ ਮਾਰਨਿੰਗ ਦੀ ਰੋਟੀ ਖਾਧੀ ਹੋਈ ਹੈ, ਲੇਟੀ ਵੀ 10 ਵਜੇ ਖਾਧੀ ਅਸੀਂ। ਅਤੇ ਮੈਂ ਗੁਨੂੰ ਨੂੰ ਪੁੱਛ ਕੇ ਆਉਂਦੀ ਕਿ ਗੁਨੂੰ ਤੂੰ ਟਿਊਸ਼ਨ ਜਾਣ ਲੱਗੇ ਕੀ ਖਾ ਕੇ ਜਾਣਾ, ਅਤੇ ਗੁਨੂੰ ਦੇਖਦੇ ਹਾਂ ਕੀ ਕਹਿੰਦੀ। ਗੁਨੂੰ ਕੀ ਖਾ ਕੇ ਜਾਣਾ ਹੁਣ ਤੂੰ ਟਿਊਸ਼ਨ ਜਾਣ ਲੱਗੇ? ਮਸਤੀ ਕਰੀ ਜਾਂਦੇ ਹਾਂ। ਖਾ ਲੇਗੀ? ਦੇਖੋ ਦੇਖੋ ਦੇਖੋ, ਮੈਨੂੰ ਨਾ ਗਲਾ ਖਰਾਬ ਆ, ਖਾਂਸੀ ਆ। ਰਾਤ ਇੱਥੇ ਦੀ ਮੈਡੀਸਨ ਲੈ ਕੇ ਆਏ ਸੀਗੇ, ਖਾਣੇ ਆ ਇਹਨੇ ਫ੍ਰੈਂਚ ਫ੍ਰਾਈਜ਼। ਜੁੰਡੇ ਵੇਖ ਕਿਵੇਂ ਖਿਲਾ ਰਹੇ ਆ। ਚੱਲ ਮੈਂ ਬਣਾ ਬਣਾਉਂਦੀ ਆ, ਉਹ ਬਣਾ ਦਿੰਦੀ। ਓਏ ਚਾਦਰ ਤੇ ਪਾਣੀ ਡੋਲੂਗੇ, ਪੁੱਠੇ ਕੰਮ ਇਹਨਾਂ ਦੇ। ਕੀ ਬਣਾ ਰਹੇ ਹੋ? ਮੈਂ ਪਰੌਂਠੀ ਬਣਾ ਰਹੀ ਹਾਂ ਤੇਰੇ ਵਾਸਤੇ, ਜਿਹੜਾ ਸਵੇਰ ਦਹੀਂ ਛੱਡਿਆ ਸੀ ਨਾ, ਰੋਟੀ ਨਾਲ ਖਾਧਾ ਨਹੀਂ ਸੀ। ਆ ਦੇਖੋ ਰੋਟੀ ਦੇ ਨਾਂ ਤੇ ਦੇਖੋ ਇਹਦਾ ਮੂੰਹ। ਫ੍ਰੈਂਚ ਫ੍ਰਾਈਜ਼ ਕਹਿ ਰਹੀ ਹਾਂ, ਫ੍ਰੈਂਚ ਫ੍ਰਾਈਜ਼ ਹੈ ਹੀ ਨਹੀਂ ਗੇ। ਗੁਨੂੰ ਨੂੰ ਕਿਹਾ ਗੱਲ ਤਾਂ, ਹੁਣ ਗੁਨੂੰ ਦੇਖਣ ਆਊਗੀ, ਦੇਖੀ ਜਾਏ ਮੰਮਾ ਕੀ ਬਣਾਉਂਦੇ ਆ। ਉਹਨਾਂ ਦੇ ਹਾਲ ਪਈ ਜਾਣੇ ਆ। ਇਹ 'ਚ ਸੀ ਸਮਾਈਲਿਸ ਚੀਜ਼, ਫ੍ਰੈਂਚ ਫ੍ਰਾਈਜ਼ ਅਤੇ ਚੀਜ਼ ਬੋਲਸ, ਤਿੰਨੋਂ ਬਣਾ ਦਿੰਦੇ ਹਾਂ ਆਪਾਂ, ਖਾ ਲੈਣਗੇ ਫਿਰ। ਮੈਂ ਕਿਹਾ ਸੀ ਨਾ ਗਾਈਸ ਤੁਹਾਨੂੰ, ਗੁਨੂੰ ਦੇਖਣ ਆਊਗੀ, ਪਹੁੰਚ ਗਈ। ਗੁਨੂੰ ਨੇ ਡਿੱਗ ਪਿਆ, ਲਾ ਲਾ, ਗਰਮ ਤਾਂ ਹੋ ਜਾਂਦੇ ਨਾ ਸਾਹਿਬ। ਮੈਂ ਡਿੱਗ ਜੂ, ਆ ਮੈਨੂੰ ਚੱਕਣ ਤੇ ਰਹਿੰਦਾ। ਫ੍ਰੈਂਚ ਫ੍ਰਾਈਜ਼ ਮੈਨੂੰ ਖਾਣੇ ਆ ਨਾ, ਤੂੰ ਤਾਂ ਖਾਣਾ। ਪਰੌਂਠੀ ਪਰੌਂਠੀ ਛੱਡੋ ਪਰਾ, ਨਾ ਪਰੌਂਠੀ ਛੱਡੋ ਪਰੇ, ਸਿੱਟਣਾ ਦਈ, ਤੇਲ ਗਰਮ ਹੋ ਜਾਂਦਾ ਫਿਰ ਬਣਾਉਂਦੇ ਆ। ਚਲੋ ਉੱਥੇ ਬੈਠੋ, ਪੋਚੇ ਲੱਗਦੇ ਆ, ਉੱਪਰ ਬਹਿ ਜਾਓ ਬਸ, ਬੈੱਡ ਤੇ ਜਾ ਕੇ ਆਰਾਮ ਨਾਲ। ਤੂੰ ਰੈਸਪੀ ਸਿੱਖਣ ਨੂੰ ਕੀ ਆ? ਆ ਦੇਖ ਲਓ ਨੰਗਾ, ਓਏ ਅਸੀਂ ਆ ਗਿਆ, ਸਾਰਾ ਡੱਬਰ ਪਹੁੰਚ ਜਾਂਦਾ ਮੇਰੇ ਮਗਰ ਰਸੋਈ। ਚੱਲ ਧੀ ਨੇ ਕੁੱਟਿਆ ਪਿਓ ਨੂੰ, ਅਸੀਂ ਆ ਗਿਆ, ਸਾਰਾ ਡੱਬਰ ਪਹੁੰਚ ਜਾਂਦਾ ਮੇਰੇ ਮਗਰ ਰਸੋਈ। ਚੱਲ ਧੀ ਨੇ ਕੁੱਟਿਆ ਪਿਓ ਨੂੰ, ਪਿਓ ਨੇ ਦੇਖਿਆ ਔਖਾ, ਧੀ ਨੇ ਕਰਤੀ ਪਿਓ ਦੀ ਪਰੇਡ। ਸਾਬੂ ਥੱਲੇ ਇੱਥੇ ਰਸੋਈ ਚ ਪੋਚਾ ਨੀ ਲੱਗਿਆ ਪੁੱਤ, ਤੂੰ ਟੂਈ ਜੀ ਤੜਾ ਲੇਗਾ ਆਪਦੀ। ਆ ਕਹਿੰਦਾ ਮੈਂ ਰੈਸਪੀ ਸਿੱਖਣੀ ਹੈ, ਤੁਸੀਂ ਸਿੱਖਣੀ ਹੈ? ਇਹ ਨੀ ਸਿੱਖਦਾ, ਇਹਨੂੰ ਬੜਿਆ ਬਣਾਇਆ ਮਿਲ ਜਾਂਦਾ, ਇਹਨੂੰ ਕੀ ਸਿੱਖਣ ਦੀ ਲੋੜ ਹੈ? ਹਾਂ ਤੈਨੂੰ ਘਰ ਵਾਲੀ ਮਿਲ ਗਈ ਖਵਾਉਣ ਵਾਲੀ, ਉਹ ਵਿਚਾਰੇ ਨੂੰ ਫਿਕਰ ਆ ਮੈਨੂੰ ਕਿਉਂ ਦੀ ਮਿਲੂਗੀ। ਹਾਂ ਦੱਸ ਕਹਿੰਦਾ, ਨਾ ਕਹਿੰਦਾ ਮੰਮਾ ਨੇ ਨਾਨੀ ਨੂੰ ਸਿਖਾਈ ਆ, ਨਾ ਟੋਈ ਦੁਖਦੀ ਹੈ ਪਾਪਾ ਦੀ। ਨਾ ਰਸੋਈ ਜਾ ਕੇ ਇਹਨਾਂ ਨੂੰ ਮਸਤੀ ਸੁੱਝ ਜਾਂਦੀ ਆ। ਕੌਣ ਬਾਹਰ ਕੱਢ ਦੂ ਬੰਦ ਕੇ? ਦਾਦੀ ਸੁੱਤੀ ਪਈ ਆ, ਉੱਠ ਕੇ ਆਜੂ, ਕਿੰਨਾ ਰੌਲਾ ਪਾਇਆ, ਉਹ ਵੀ ਰਸੋਈ ਚ ਸੌ ਜਾਂਦਾ। ਦਾਦੀ ਨੂੰ ਕਦੋਂ ਲੱਗਦਾ ਤੁਹਾਨੂੰ ਕਟਾਉਣਾ ਦਾੜਾ? ਅੱਜ ਸ਼ਨੀਵਾਰ ਆ, ਤੈਨੂੰ ਕਹੀ ਨੀ ਦਾਦੀ ਸੁੱਤੀ ਪਈ ਆ, ਹੁਣ ਤੈਨੂੰ ਕਿੱਦਾਂ ਯਾਦ ਆ ਗਿਆ? ਹਾਂ ਬਹਿ ਗਿਆ ਬਾਬਾ,
ਬਾਬਾ ਜੀ ਦੇਖੋ ਕਿਸੇ ਦੀ ਰਸੋਈ 'ਚ ਨਗਾਹ ਪੈਂਦਾ, ਸਾਡੀ ਰਸੋਈ 'ਚ ਪੈਂਦਾ, ਉਹ ਵੀ ਜਦੋਂ ਕੁਛ ਇਹੋ ਜਿਹਾ ਬਣਦਾ ਉਦੋਂ ਇਹਨਾਂ ਦੀਆਂ ਲਾਲਾਂ ਡਿੱਗ ਪੈਂਦੀਆਂ ਸਾਰੇ ਟੱਬਰ ਦੀਆਂ, ਹੈ ਨਾ? ਪਹਿਲੇ ਨੰਬਰ 'ਤੇ ਇਹਦੀਆਂ, ਫਿਰ ਇਹਦੀਆਂ, ਫਿਰ ਇਹਨਾਂ ਦੇ ਪਿਓ ਦੀਆਂ। ਚਲੋ ਗਾਈਜ਼ ਬਣਾ ਕੇ ਮਿਲਦੇ ਹਾਂ। ਗਾਈਜ਼ ਦੇਖੋ ਸਾਨੂੰ ਮਿਲ ਗਿਆ ਖਾਣ ਨੂੰ, ਅਸੀਂ ਫ੍ਰੈਂਚ ਫ੍ਰਾਈਜ਼ ਖਾਏ, ਹੁਣ ਸਾਨੂੰ ਆਈਆਂ ਟਿੱਕੀਆਂ, ਬਹੁਤ ਗਰਮ ਹੈ, ਗੈਸ ਤੋਂ ਲੈਂਦੀਆਂ ਹੋਈਆਂ, ਬਹੁਤ ਜ਼ਿਆਦਾ ਗਰਮ। ਤੂੰ ਹਜੇ ਫ੍ਰੈਂਚ ਫ੍ਰਾਈਜ਼ ਖਾ ਲਈ? ਫ੍ਰੈਂਚ ਫ੍ਰਾਈਜ਼ ਖਾ ਵੀ ਲੈ। ਲੋ ਗਾਈਜ਼ ਬਣਾ ਕੇ ਦੇਤੇ ਆਪਾਂ ਇਹਨਾਂ ਨੂੰ, ਸਮਾਈਲੀਜ਼ ਫ੍ਰਾਈਜ਼ ਤੇ ਪੋਟੈਟੋ ਬਾਲਸ ਸੀਗੇ। ਚਲੋ ਜਲਦੀ ਜਲਦੀ ਖਾਓ। ਉਹ ਕੁਛ ਦਾਦੀ ਵਾਸਤੇ ਰੱਖਦੀ ਆ, ਜਲਦੀ ਜਲਦੀ ਖਾਓ ਤੇ ਦਾਦੀ ਉੱਠ ਕੇ ਖਾਓਗੇ ਫਿਰ। ਤੇ ਹੁਣ ਤੁਸੀਂ ਸੋ, ਉਹ ਟਾਈਮ ਹੋ ਗਿਆ ਟਿਊਸ਼ਨ ਦਾ, ਜਨਾਬ ਜੀ ਹੋ ਗਏ ਰੈਡੀ, ਮੁੰਡਾ ਮੇਰਾ ਮੇਕਅਪ ਕਰ ਰਿਹਾ। ਚਲੋ ਜਲਦੀ ਜਲਦੀ ਖਾਓ, ਪੱਖਾ ਤੇਜ਼ ਕਰ ਲਾ, ਨਾਲ ਦੁੱਧ ਵੀ ਲਾਣਗੇ ਥੋੜਾ ਥੋੜਾ। ਟਾਈਮ ਹੋ ਗਿਆ 1 ਵਜੇ ਦੇ, ਤਾਂ ਹੁਣ ਆਪਾਂ ਚੱਲੇ ਟਿਊਸ਼ਨ, ਆਪਾਂ ਖਾ ਪੀ ਕੇ ਹੋ ਗਏ ਸੀਗੇ ਰੈਡੀ, ਹੁਣ ਆਪਾਂ ਚੱਲੇ ਟਿਊਸ਼ਨ, ਹੈ ਨਾ? ਕਿਉਂਕਿ ਮੈਡੀਸਨ ਦਾ ਫਲੈਸ਼ ਚੱਲੀ ਜਾਂਦੀ ਹੈ। ਚਲੋ ਗਾਇਸ ਚੱਲੀਏ, ਪਾਪਾ ਬਾਹਰ ਹੋਰਨ ਮਾਰੀ ਜਾਂਦੇ ਆ, ਉਹ ਖੜੇ, ਮੈਂ ਲੇਟ ਹੋ, ਮੋਬਾਈਲ ਪਾਪਾ ਦਾ ਇਹ ਕਿਹੋ ਜਿਹਾ ਹੋਰਨ ਹੈ? ਹੋਰਨ ਕੁੱਤੇ ਬੈਠੇ, ਇਹ ਤਾਂ ਗਾਂ ਨੂੰ ਬਜਾਉਂਦੇ ਹੁੰਦੇ ਆ, ਭੱਜ ਗਏ ਉਹ ਸੀਗੇ। ਹੁਣ ਆਪਾਂ ਚੱਲੇ ਟਿਊਸ਼ਨ, ਫਿਰ ਤੁਹਾਨੂੰ ਆ ਕੇ ਮਿਲਾਂਗੇ। ਮੰਮੀ ਕੜਾ ਪਾਇਆ, ਵੈਸੀ ਮੇਰੇ ਪੂਰੇ ਆਉਣ ਲੱਗ ਗਿਆ ਹੁਣ। ਚਲ ਬਾਏ ਬਾਏ ਬਾਏ, ਟੇਕ ਕੇਅਰ, ਸੋਹਣਾ ਸੋਹਣਾ ਪੜ੍ਹ ਕੇ ਆਈ। ਬੋਤਲ ਤੇਰੀ ਟੇਡ ਪਾ, ਬੋਤਲ ਗੁੰਨੂ ਨੂੰ ਫੜਾ ਦਿਓ, ਅੱਜ ਫਿਰ ਬਦਲਦਾ ਹੋਇਆ ਪਿਆ, ਹੈਂਕੀ ਲੈ ਲਿਆ ਨਾ। ਬਾਏ ਗਈ, 1 ਵਜੇ ਟਿਊਸ਼ਨ, 1 ਆ ਹੁੰਦਾ। ਫੋਨ ਡਿੱਗ ਗਿਆ ਸੀ ਗਾਈਜ਼, ਫੋਨ ਫਾਊਲ ਹੋ ਗਿਆ ਸੀ, ਇਹਨੂੰ ਦਿਖਾ ਰਹੀ ਸੀ ਮੈਂ ਕਾਲੇ ਕੁੱਤੇ ਨੂੰ, ਮੇਰਾ ਹੀ ਫੋਨ ਡਿੱਗ ਗਿਆ। ਸਾਈਕਲ ਦੇਖੋ ਗੁੰਨੂ ਦਾ, ਰਾਹ ਜੀ। ਲੋ ਗਾਈਜ਼ ਹੁਣ ਵਿਹਲੇ ਹੋਏ ਹਾਂ, 1:30 ਵੱਜ ਗਿਆ, ਗੁੰਨੂ ਨੂੰ ਤੋਰ ਕੇ ਥੋੜ੍ਹੇ ਕੰਮ ਕਰ ਕੀਤੇ, ਰਸੋਈ 'ਚ ਕਰਨ ਵਾਲੇ ਸੀ, ਸਮਾਨ ਸਮੂਨ ਟਿਕਾਉਣ ਵਾਲਾ ਸੀ, ਕੱਪੜੇ ਲਾ ਕੇ ਲਿਆਉਂਦੇ, ਬਾਹਰ ਪੈਣ ਲੱਗ ਗਈਆਂ ਕਣੀਆਂ ਥੋੜ੍ਹੀਆਂ ਥੋੜ੍ਹੀਆਂ। ਅੱਜ ਹੈਗਾ ਦਿਨ ਫਰਾਈਡੇ ਦਾ, ਉਹ ਸੋਰੀ ਸੈਚਰਡੇ ਦਾ, ਅਤੇ ਹੁਣ ਲੱਗੀਆਂ ਸੈਬੂ ਨੂੰ ਪੜ੍ਹਾਉਣ। ਕੱਲ੍ਹ ਅਸੀਂ ਜਮ੍ਹਾਂ ਕਿਤਾਬ ਨਹੀਂ ਚੱਕੀ, ਸੈਬੂ ਨੂੰ ਜਮ੍ਹਾਂ ਨਹੀਂ ਪੜ੍ਹਾਇਆ, ਕਿਉਂਕਿ ਬਿਕੋਜ਼ 2 ਛੁੱਟੀਆਂ ਸੀਗੀਆਂ, ਅਤੇ ਸੈਬੂ ਦਾ ਇੰਨਾ ਜ਼ਿਆਦਾ ਕੰਮ ਹੈ ਨਹੀਂ ਪੰਜਾਬੀ ਦਾ, ਬਾਕੀ ਇਹਨੂੰ ਆਉਂਦਾ ਹੀ ਆ। ਅਤੇ ਮੈਂ ਇਹਨੂੰ ਕਿਹਾ ਤੂੰ ਹੁਣ ਰਿਵਾਈਜ਼ ਕਰ ਲਾ, ਮੈਂ ਡਾਲਦੀ ਹਾਂ ਤੇਰਾ ਟੈਸਟ, ਫਿਰ ਤੂੰ ਮੈਨੂੰ ਕਰਕੇ ਦਿਖਾ ਦੀ। ਕਹਿੰਦਾ ਮੈਨੂੰ ਆਉਂਦਾ ਹੀ ਆ, ਰਿਵਾਈਜ਼ ਕਰਨ ਦੀ ਕੋਈ ਲੋੜ ਨਹੀਂ, ਤੁਸੀਂ ਡਾਲ ਹੀ ਦਿਓ। ਅਤੇ ਹੁਣ ਆਪਾਂ ਡਾਲਦੇ ਹਾਂ ਗਾਈਸ, ਅਤੇ ਫਿਰ ਤੁਹਾਨੂੰ ਮਿਲਦੇ ਆ ਜਨਾਬ ਜੀ ਆਇਆਂ ਤੋਂ। ਹੁਣ ਮੈਂ ਸੈਬੂ ਦਾ ਕੰਮ ਡਾਲਦਾ, 1 ਵਾਰੀ ਰਿਵਾਈਜ਼ ਕਰ ਲਏ, ਇਹਨੂੰ ਆਇਆ ਮੈਂ ਜਲਦੀ ਜਲਦੀ ਰਿਵਾਈਜ਼ ਕਰਕੇ ਪਰੇ, ਫਿਰ ਮੈਂ ਟੀ ਵੀ ਦੇਖਾਂ ਨਾ। ਆਈ ਆ ਨਾ, ਗੱਲਬਾਤ, ਚੱਲ ਲਿਆ ਦੇ ਪੈਨ, ਦੇ ਪੈਨ ਲਿਆ।
ਉੜਾੜਾ ਵੀ ਆਊਗਾ? ਯੈਸ ਉੜਾੜਾ ਵੀ ਆਊਗਾ। ਨਹੀਂ ਆਂਦਾ? ਆਊਗਾ। ਆ ਦੇਖ ਲੋ ਉੜਾੜਾ ਦਾ ਕਿੰਨਾ ਪੇਜ ਹੈ ਕਿੱਥੇ ਉੜਾੜਾ? ਉੜਾੜਾ ਆਊਗਾ ਤਾਂ ਸਪੈਲਿੰਗ ਲਿਖੇਗਾ, ਜੇ ਉੜਾੜਾ ਆਉਂਦਾ ਹੋਊਗਾ ਤਾਂ ਫੇਰ ਹੀ ਸਪੈਲਿੰਗ ਬਣਾਏਗਾ। ਦੇਖੀ ਖ ਤੋਂ ਖਤਰਾ। ਹਾਂ ਖਤਰਾ ਕਰੀ ਗਾਇਸ, ਖ ਤੋਂ ਖਤਰਾ ਗਾਇਸ। ਤੁਹਾਨੂੰ ਕਿਹੜੇ ਕਿਹੜੇ ਤੋਂ ਖਤਰਾ? ਅਤੇ ਦੀਦੀ ਕਹਿੰਦੇ ਸੀਗੇ ਕਿ ਤੁਹਾਡੇ ਘਰ ਬਹੁਤ ਟਰੋਫੀਆਂ ਹੈਗੀਆਂ, ਹੈ ਨਾ? ਅਤੇ ਹਾਂਜੀ ਦੀਦੀ, ਇਹ ਟਰੋਫੀ ਸਾਰੀਆਂ ਗੁੰਨੂ ਦੀਆਂ ਜਿੱਤੀਆਂ ਹੋਈਆਂ ਹੈਗੀਆਂ। ਅਤੇ ਕੁਛ ਕੁ ਇੱਦੋਂ ਪਹਿਲਾਂ ਦੀਦੀ ਸੀਗੇ, ਮਾਸੀ ਹੰਡਿਆਏ ਵਾਲੇ ਵੀਰਪਾਲ ਮਾਸੀ, ਉਹ ਪੁੱਛਦੇ ਸੀਗੇ ਦੋ ਕੇ ਦੀਆਂ ਭਾਈ, ਇਹ ਸੁਣ ਲਓ। ਇਸ ਕਰਕੇ ਟਰੋਫੀਸ ਬਹੁਤਾ ਹੁਣ ਤਾਂ ਇੰਨੀਆਂ ਜਾਣੀਆਂ, ਕੁਛ ਕੁ ਹਜੇ ਅਕੈਡਮੀ 'ਚ ਪਈਆਂ ਅਤੇ ਕੁਛ ਕੁ ਸਾਡੇ ਰਿਸ਼ਤੇਦਾਰ ਲੈ ਜਾਂਦੇ ਆ ਕਿ ਅਸੀਂ ਰੱਖਣੀਆਂ। ਉਹਦੇ ਆਏ ਸੀਗੇ ਭਾਈ ਰੁਪਏ ਵਾਲੀ ਭੂਆ ਜੀ ਦਾ ਬੇਟਾ, ਉਹ ਕਹਿੰਦਾ ਸਾਨੂੰ ਵੀ ਦੋ ਗੁੰਨੂ ਦੀ ਟਰੋਫੀ, ਅਸੀਂ ਵੀ ਰੱਖਣੀ ਆ ਅਤੇ ਅਸੀਂ ਵੀ ਦੱਸਿਆ ਕਰਾਂਗੇ ਭਾਈ ਸਾਡੀ ਕੁੜੀ ਇੰਨੇ ਜਿੱਤ ਕੇ ਲਿਆਉਂਦੀ ਹੈ ਨਾ, ਉਹ ਲੈ ਗਏ। ਅਤੇ ਬਸ ਵਾਹਿਗੁਰੂ ਦੀ ਕਿਰਪਾ ਨਾਲ ਸਾਰੇ ਪਾਸੇ ਟਰੋਫੀਆਂ ਹੋਈਆਂ ਪਈਆਂ ਅਤੇ ਹੁਣ ਤਾਂ ਰੱਖਣ ਦੀ ਜਗ੍ਹਾ ਵੀ ਬਣਾਉਂਦੇ ਹਾਂ, ਕੁਛ ਜਗ੍ਹਾ ਹੈ ਨਹੀਂ। ਕਿੰਨਾ ਵੱਡਾ ਸੱਪ ਹੈ ਨਾ, ਅਤੇ ਹੋਰ ਜਗ੍ਹਾ ਬਣਾਉਂਦੇ ਹਾਂ ਟਰੋਫੀਆਂ ਰੱਖਣ ਵਾਸਤੇ, ਫਿਰ ਤੁਹਾਨੂੰ ਦਿਖਾਵਾਂਗੇ। ਪਲੈਨਿੰਗ ਚੱਲ ਰਹੀ ਹੈ, ਹਜੇ ਤਾਂ ਪਲੈਨਿੰਗ ਚੱਲ ਰਹੀ ਹੈ, ਜਦੋਂ ਫਾਈਨਲ ਹੋ ਗਿਆ ਫਿਰ ਦੱਸਾਂਗੇ। ਹਾਂ ਕਹਿੰਦੇ ਉਹ ਉੱਥੇ ਉੱਪਰ ਸ਼ੈਲਫ ਪਾ ਦਿਓ, ਇੰਨੀ ਉੱਚੀ ਕਦੇ ਉੱਥੇ ਰੱਖਿਆ ਕਿਵੇਂ ਕਰਾਂਗੇ ਅਤੇ ਸਾਫ਼ ਕਿਵੇਂ ਹੋਇਆ ਕਰਨਗੇ? ਰਿੰਕੀ ਆਂਟੀ ਦਾ ਹੱਥ ਹੀ ਨਹੀਂ ਪਹੁੰਚੇਗਾ। ਚਲੋ ਰੱਖਦੇ ਹਾਂ, ਬਣਾਉਂਦੇ ਹਾਂ, ਬਹੁਤ ਜਲਦ ਬਣਾਉਂਦੇ ਹਾਂ। ਹਜੇ ਤਾਂ ਕਾਫ਼ੀ ਵੱਡੇ ਵੱਡੇ ਕੱਪ ਅਕੈਡਮੀ 'ਚ ਪਏ ਆ। ਚਲੋ ਹੁਣ ਗਾਈਜ਼ ਅਸੀਂ ਪੜ੍ਹ ਲਈਏ, ਫਿਰ ਤੁਹਾਨੂੰ ਮਿਲਦੇ ਹਾਂ। ਅਤੇ ਤੁਹਾਨੂੰ ਸਾਡੇ ਵਲੌਗਸ ਕਿੱਦਾਂ ਦੇ ਲੱਗਦੇ ਆ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ। ਕਮੈਂਟ ਬਹੁਤ ਘੱਟ ਕਰਦੇ ਹੋ ਤੁਸੀਂ, ਅਤੇ ਕਮੈਂਟ ਜ਼ਰੂਰ ਕਰਿਆ ਕਰੋ ਜਿੱਥੋਂ ਜਿੱਥੋਂ ਵੀ ਵਾਚ ਕਰਦੇ ਹੋ, ਤਾਂ ਕਿ ਆਪਾਂ ਤੁਹਾਨੂੰ ਸਾਰਿਆਂ ਨੂੰ ਜਾਣ ਸਕੀਏ ਅਤੇ ਸਭ ਨੂੰ ਦੱਸ ਸਕੀਏ ਕਿ ਸਾਡੇ ਸਬਸਕ੍ਰਾਈਬਰ ਉੱਥੋਂ ਉੱਥੋਂ ਸਾਨੂੰ ਦੇਖਦੇ ਆ। ਗਾਈਜ਼ ਅਕੈਡਮੀ ਸਹੀ ਆ ਰਹੀ ਆ? ਹਾਂਜੀ, ਉੱਪਰ ਥੋੜੀ ਜਿਹੀ ਥੋੜੀ ਫੋਟੋ ਨਹੀਂ ਆ ਰਹੀ। ਹਾਂਜੀ, ਤੇ ਘਰੇ ਭੂਆ ਤੇ ਫੁੱਫੜ ਜੀ ਆਏ ਹੋਏ ਨੇ, ਉਹ ਬੈਠੇ, ਦਾਦੀ ਬੈਠੇ, ਉਸੀ ਫਰਜੀ ਪਾਪਾ ਦਾਦੂ ਸਾਰੇ ਬੈਠੇ ਆ ਅੰਦਰ। ਮੰਮਾ ਬਣਾ ਰਹੇ, ਮੰਮਾ ਆਟਾ ਗੁੰਨ ਰਹੇ ਆ, ਉਹਨਾਂ ਵਾਸਤੇ ਬਣਾ ਰਹੇ ਰੋਟੀ। ਮੰਮਾ ਆਪਾਂ ਖਾਵਾਂਗੇ ਸੈਂਡਵਿਚ। ਆਖੋ ਮਟੀਰੀਅਲ ਤਿਆਰ ਹੋ ਗਿਆ, ਇੱਧਰ ਆਪਣਾ ਕੱਦੂ ਤਿਆਰ ਹੋ ਰਿਹਾ। ਚਲੋ ਗਾਈਸ, ਥੈਂਕ ਯੂ ਆ, ਥੈਂਕ ਯੂ ਵੀ ਕਰਨ ਲੱਗੀ ਵੀ 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 ਟੈਂਕੀ ਭਰ ਗਈ ਹੈ। ਮੈਂ ਆ ਗਈ ਸੀਗੀ, ਤੁਹਾਨੂੰ ਦੱਸ ਹੀ ਦਿੱਤਾ ਜੋ ਕਿ ਅਸੀਂ ਅੱਜ ਅਕੈਡਮੀ ਗਏ ਸੀਗੇ। ਅੱਜ ਸਾਡਾ ਉਦੋਂ ਹੀ ਬਣ ਗਿਆ ਕਿ ਅਸੀਂ ਅੱਜ ਅਕੈਡਮੀ ਜਾਣਾ, ਪਤਾ ਹੀ ਨਹੀਂ ਚੱਲਿਆ, ਬਾ ਇੱਥੋਂ ਕੁਛ ਦਿਖ ਹੀ ਨਹੀਂ ਰਿਹਾ। ਸਾਹਿਬ ਆਪਦੀ ਡਰਾਇੰਗ ਬਣਾ ਰਿਹਾ, ਦੇਖੋ ਗਾਈਸ ਡਾਰਕ ਕਿਉਂ ਕਰ ਰਿਹਾ, ਗੰਦੀ ਲੱਗਦੀ ਹੈ ਜੇ ਡਾਰਕ ਕਰਾਂਗੇ, ਲਾਈਟ ਲਾਈਟ ਸੋਹਣੀ ਲੱਗਦੀ ਹੈ। ਦੇਖੋ ਗਾਈਸ ਮੈਨੂੰ ਜਵਾਬ ਦਿੰਦਾ। ਗਾਈਸ ਹੁਣ ਆਪਾਂ ਸੈਂਡਵਿਚ ਬਣਾਵਾਂਗੇ, ਉਦੋਂ ਤੁਹਾਨੂੰ ਮਿਲਾਂਗੇ, ਠੀਕ ਹੈ।
ਕਿਆ ਕੁਛ ਬਣਾ ਰਹੇ ਹੋ? ਪਹਿਲਾਂ ਤਾਂ ਇਹ ਸੈਂਡਵਿਚ ਬਣਾਉਣੇ ਸੀ ਗਾਈਜ਼, ਅੱਜ ਸ਼ਾਮ ਨੂੰ ਆਪਾਂ ਰੋਟੀ ਕੈਂਸਲ ਸੀ, ਫਿਰ ਭੂਆ ਜੀ ਹੋਈ ਆ ਗਏ ਤਾਂ ਕਰਕੇ ਆਪਾਂ ਰੋਟੀ ਬਣਾਈ, ਅਤੇ ਜੋ ਆਪਾਂ ਨੂੰ ਸੈਂਡਵਿਚ ਬਣਾ ਕੇ ਦਿੰਦੇ ਹਾਂ ਉਹ ਵੀ ਸਿੰਪਲ, ਖੀ ਪਿਆਜ਼ ਖੀਰਾ ਟਮਾਟਰ ਵਿੱਚ ਚੀਜ਼ ਪਾਈ ਆ, ਵਿੱਚ ਸੌਸਿਸ, ਅਤੇ ਜੋ ਆਪਾਂ ਦੇ ਬਣਾ ਕੇ ਫਿਰ ਆਪਾਂ ਰੋਟੀ ਬਣਾਉਂਦੇ ਹਾਂ, ਅਤੇ ਫਿਰ ਆਪਾਂ ਕਰਾਂਗੇ ਆਪਣੇ ਬਾਅਦ 'ਚ ਬਣਾਉਂਦੇ ਹਾਂ ਆਪਣੇ ਵਾਲੇ ਤੁਹਾਨੂੰ ਦਿਖਾਉਂਗਾ, ਅੱਜ ਕੁਛ ਅਲੱਗ ਵੀ ਨਾ ਬਣਾ ਕੇ ਦੇਖਦੇ ਹਾਂ, ਠੀਕ ਹੈ ਜਾਨੂ? ਹੋ ਕੀ ਹੁੰਦਾ? ਹਾਂਜੀ ਹੁੰਦਾ, ਹਾਂਜੀ ਐਵੇਂ ਬਣਾਇਆ ਘਬਰਾਟ ਹੋਣ ਲੱਗ ਪਈ, ਤੁਸੀਂ ਯਾਦ ਕਰਾਤਾ? ਕੀ ਯਾਦ ਕਰਾਤਾ? ਘਬਰਾਟ ਹੋ ਗਈ, ਕਿਹਨੇ ਯਾਦ ਕਰਾਤਾ? ਤੁਸੀਂ ਕਹਿੰਦੇ ਨਹੀਂ ਸੀ ਮੈਨੂੰ ਵੀ ਹੋ ਜਾਂਦੀ, ਫਿਰ ਤੁਹਾਨੂੰ ਹੋਣ ਲੱਗ ਪਈ, ਮੈਨੂੰ ਤਾਂ ਖੜੇ ਹੋਣ ਕਰਕੇ ਹੁੰਦੇ ਸੀ, ਫਿਰ ਉਹ ਘਬਰਾਟ ਵਾਲੀ ਮੋੜੀ ਲਾ ਲਓ, ਲੈ ਲਈ ਹੁਣ ਇੱਥੇ ਤੱਕ ਆ ਗਏ, ਹੁਣ ਫਿਰ ਖਾਂਦੇ ਨਹੀਂ ਸੈਂਡ ਖਾਂਗਾ ਤਾਂ ਆ ਨਹੀਂ, ਜੇ ਬਸ ਮਜ਼ੇ ਨਾਲ ਨਹੀਂ ਖਾਂਦੇ, ਆਈ ਗਾਈਜ਼ ਮੇਰੇ ਘਰ ਵਾਲਾ ਰੋਟੀ ਖਾਣ ਪੈਣੀ ਹੈ ਬਣਾਉਣਾ, ਗੱਲ ਸਹੀ ਹੈ, ਕੋਈ ਭੂਤ ਹੋਣਾ ਕੋਈ ਘਰ 'ਚ, ਗੱਲ ਤਾਂ ਸੁਣ, ਕੋਈ ਭੂਤ ਹੋਊਗਾ ਘਰ 'ਚ, ਬਾਅਦ 'ਚ ਬਾਹਰ ਖਾ ਕੇ ਆਉਂਦੇ ਹਾਂ ਉਦੋਂ ਹਾਂ ਰੋਟੀ ਖਾਣ ਦੇ ਨਿਬੜ ਜੂਗਾ, ਫਿਰ ਸਹੀ ਉਦੋਂ ਸਹੀ ਹੋਇਆ ਨਾ, ਦੇਖੋ ਕੱਲ੍ਹ ਵੀ ਸੀਗਾ ਮੈਂ ਬਿਮਾਰ, ਕੱਲ੍ਹ ਵੀ ਸੀਗਾ ਫਿਰ ਮੈਂ ਤੁਹਾਡੇ ਕਰਕੇ ਤੁਹਾਨੂੰ ਖਵਾ ਕੇ ਲੈ ਕੇ ਆਇਆ ਗਾ ਬਾਹਰ, ਕੀ ਘਰ ਵਾਲੇ ਖੁਸ਼ ਰਹੇ, ਡਿੱਗ ਗਈ ਐਂ ਤਾਂ ਉਹ ਲਾਈਟ ਠੱਗ ਗਈ, ਹੋਰ ਲੈ ਕੇ ਆਵਾਂ, ਅੱਧਾ ਅੱਧਾ ਮਿਲੂਗਾ, ਅੱਧਾ ਅੱਧਾ ਕਰਕੇ ਰੱਖਿਆ, ਸਬਜ਼ੀ ਬਣ ਗਈ ਬਸ ਆਪਣੀ, ਬਣਾਉਂਦੇ ਹਾਂ ਰੋਟੀ ਬਣਾਉਂਦੇ ਹਾਂ ਭੋਜ ਵਾਸਤੇ ਮੰਮੀ ਵਾਸਤੇ, ਬਾਕੀ ਤਾਂ ਫਿਰ ਬਣਾਵਾਂਗੇ, ਘਰੇ ਹੋ ਬਖਾਰ ਕਰਕੇ ਜਮੇ ਸਵਾਲ ਲੱਗੇ ਘਬਰਾਹਟ ਹਟ ਗਈ ਸਾਡੀ, ਸੇਮ ਇੱਦਾਂ ਇਹਦੇ 'ਤੇ ਮਟੀਰੀਅਲ ਪਾਵਾਂਗੇ, ਠੀਕ ਹੈ, ਅਤੇ ਫਿਰ ਆਪਾਂ ਉੱਪਰ ਪਾ ਦਾਂਗੇ ਚੀਜ਼, ਚੀਜ਼ ਉਹਦੇ 'ਚ ਚੀਜ਼ ਪਾ ਕੇ ਮਾਈਕ੍ਰੋਵੇਵ 'ਚ ਗਰਮ ਕਰਕੇ ਇਹੋ ਜਿਹੀ ਚੀਜ਼ ਬਣ ਜੂਗੀ, ਫਿਰ ਉਹਦੇ ਵਿੱਚ ਪਾ ਦੇਣਗੇ
ਲੋ ਗਾਇਸ ਇੱਕ ਇੱਕ ਬਣਾਇਆ ਸੀ ਇਹ ਵਾਲੇ ਸਮਾਲ ਮਿੰਨੀ ਪੀਜ਼ੇ, ਇਹਦੇ ਤੇ ਚਿੱਲੀ ਫਲੈਕਸ ਤੇ ਔਰਗਨ ਪਾਉਣਾ, ਬਾਕੀ ਸੈਂਡਵਿਚ ਸੀਗੇ, ਤੁਸੀਂ ਵੀ ਖਾ ਲਓ। ਤੇ ਬਸ ਅੱਜ ਅਸੀਂ ਰੋਟੀ ਨਹੀਂ ਬਣਾਉਣੀ ਸੀ, ਜਿਵੇਂ ਕਿ ਤੁਹਾਨੂੰ ਪਹਿਲਾਂ ਦੱਸ ਦਿੱਤਾ, ਪਹਿਲਾਂ ਜਨਾਬ ਜੀ ਨੇ ਕਿਹਾ ਸੀਗਾ ਕਿ ਅੱਜ ਆਪਾਂ ਪਨੀਰ ਬਣਾਵਾਂਗੇ, ਜਸਬੀਰ ਜੀ ਦੇ ਕਹਿਣ 'ਤੇ ਰੈਸਪੀ ਸ਼ੇਅਰ ਕਰਨੀ ਸੀਗੀ। ਫਿਰ ਮੈਂ ਦੇਖਿਆ ਕਿ ਬ੍ਰੈਡ ਪਏ ਆ ਕਿ ਐਕਸਪਾਇਰ ਹੋ ਜਾਣਗੇ, ਅੱਜ ਆਪਾਂ ਸੈਂਡਵਿਚ ਬਣਾਉਂਦੇ ਹਾਂ। ਬਹੁਤ ਜਲਦੀ ਜਸਬੀਰ ਜੀ ਨੂੰ ਆਪਾਂ ਪਨੀਰ ਦੀ ਰੈਸਪੀ ਦੇਣੀ ਆ, ਬਹੁਤ ਜਲਦ ਚੱਕੋ ਜਾਣ। ਅਤੇ ਅੱਜ ਤੁਸੀਂ ਸਾਡੇ ਨਾਲ ਜਸਬੀਰ ਜੀ ਮਿੰਨੀ ਪੀਜ਼ੇ ਇੰਜੋਏ ਕਰੋ, ਬ੍ਰੈਡ ਪੀਜ਼ੇ, ਅਤੇ ਜਲਦੀ ਪਨੀਰ ਵੀ ਖਵਾਉਂਦੇ ਹਾਂ ਤੁਹਾਨੂੰ। ਹੁਣ ਗਾਈਜ਼ ਆਪਾਂ ਪਹਿਲਾਂ ਖਾ ਲਈਏ, ਫਿਰ ਤੁਹਾਨੂੰ ਮਿਲਦੇ ਹਾਂ, ਕਿਉਂਕਿ ਆਪਾਂ ਜਲਦੀ ਜਲਦੀ ਖਾ ਰਹੇ ਹਾਂ, ਕਿਉਂਕਿ ਫਿਰ ਭੂਆ ਜੀ ਉਹਨਾਂ ਨੂੰ ਛੱਡਣ ਜਾਣਾ। ਜਨਾਬ ਜੀ ਨੇ ਘਰੇ ਉਹ ਸਾਰੇ ਆਏ ਸੀਗੇ, ਵੀਰੇ ਹੋਰੀ ਉਹ ਚਲੇ ਗਏ ਸੀ, ਭੂਆ ਫੁੱਫੜ ਜੀ ਇੱਥੇ, ਅਤੇ ਇਸ ਕਰਕੇ ਫਿਰ ਮਿਲਦੇ ਤੁਹਾਨੂੰ। ਮੈਂ ਆਪਦਾ ਗਾਈਜ਼ ਉਹ ਖਾ ਲਿਆ ਕੀ ਸੀਗਾ, ਜੋ ਵੀ ਸੀਗਾ ਬ੍ਰੈਡ ਪੀਜ਼ਾ ਜਨਾਬ ਜੀ ਖਾ ਰਹੇ ਆ। ਕਿਵੇਂ ਲੱਗਿਆ ਮੋਟੇ, ਟੇਸਟ ਲੱਗਿਆ, ਘਬਰਾਹਟ ਹਟ ਗਈ? ਨਹੀਂ ਹਟੀ, ਬਟ ਖਾ ਲਿਆ, ਚਲ ਸ਼ੁਕਰ ਆ ਖਾ ਲਿਆ, ਨਹੀਂ ਫਿਰ ਮੇਰਾ ਵਿੱਚ ਹੀ ਰਹਿ ਜਾਂਦਾ ਹੁੰਦਾ ਖਾਣਾ। ਅਤੇ ਫਸਟ ਟਾਈਮ ਬਣਾਇਆ ਸੀਗਾ, ਘੈਂਟ ਬਣੀ, ਸਹੀ ਚੀਜ਼ ਸੀ। ਸੈਬੂ ਕਰਨਾ ਟਰਾਈ, ਇਹਨਾਂ ਨੇ ਸੈਂਡਵਿਚ ਹੀ ਖਾਧੇ ਆ, ਅਸੀਂ ਖਾਧਾ ਸੀਗਾ, ਮੇਰਾ ਥੋੜ੍ਹਾ ਜਿਹਾ ਰਹਿ ਗਿਆ, ਬਸ ਫਿਰ ਡੀਲ ਡਨ। ਜਲਦੀ ਜਲਦੀ ਭਾਂਡੇ ਧੋ ਕੇ ਫਿਰ ਚੱਲਾਂਗੇ, ਠੀਕ ਹੈ? ਜਾਣ ਸਾਰਿਆਂ ਨੇ ਜਾਣਾ, ਚਲੋ ਟਾਈਮ ਹੋ ਗਿਆ, ਤੁਹਾਨੂੰ ਮੈਂ ਦਿਖਾ ਦਿੰਦੀ ਹਾਂ 8:15 ਦਾ ਆਪਾਂ ਚੱਲੇ ਹਾਂ ਬੂਆ ਅਤੇ ਫੁੱਫੜ ਜੀ ਨੂੰ ਆ ਫੜਿਓ ਛੱਡਣ, ਯਾਦਵਿੰਦਰ ਦਾਦੀ ਮਿਲ ਗਏ ਸੀਗੇ ਸਾਨੂੰ। ਹੈਲੋ, ਕੈਸੇ ਹੋ? ਹਮ ਵੀ ਬੜੀਆ, ਸੈਰ ਕਰੀ ਜਾਂਦੇ ਸੀ ਦਾਦੀ ਜੀ। ਬੂਆ ਅਤੇ ਫੁੱਫੜ ਜੀ ਨੂੰ ਆਪਾਂ ਛੱਡਣ ਚੱਲੇ ਹਾਂ ਗੱਡੀ 'ਚ, ਚਲੋ ਪਹਿਲੀ ਵਾਰੀ ਟੂਰ ਹੋਊਗਾ ਤੁਹਾਡਾ, ਹੈ ਨਾ, ਚਲੋ ਚੱਲੀਏ। ਉਹ ਦੇਖੋ ਤਿੰਨੋ ਜਾਣੇ ਰਲ ਗਏ ਹੁਣ, ਕੀ ਮਮਾ ਫਿਰਦੇ ਮੈਨੂੰ ਪਤਾ ਗੱਡੀ ਥੱਲੇ ਤਾਰ ਲਈ ਕੁੰਡੀ ਬੰਦ ਖੋਲੋ ਭਾਈ, ਸਾਰਿਆਂ ਨੂੰ ਵਾਰੀ ਵਾਰੀ ਨਾਲ ਲੈ ਕੇ ਬੁਲਾਓ, ਤੇਰੇ ਤਾਂ ਉਹਦੀ ਲੜ ਜਾਂਦਾ ਵਿੱਚ ਛੋਟਾ, ਬੈਲ ਵਜਾ ਦੋ ਭਾਈ ਬਾਹਰੋਂ, ਆਵਾਜ਼ ਨੀ ਸੁਣਦੀ। ਘਰੇ ਹੈਗੇ
ਗਏ ਤਾਂ ਨਹੀਂ ਕਿਤੇ, ਸਕੂਟਰ ਹੈਗੇ ਤਾਂ ਨੇ ਦੋ ਖੜੇ ਆ ਕੇ ਹੱਦ ਹੋ ਗਿਆ ਨਾ। ਪਸੀਨਾ ਆ ਗਿਆ ਤੈਨੂੰ ਵੱਡੇ ਨੂੰ, ਉਹ ਟੀਵੀ ਦੇਖੀ ਜਾਂਦੇ ਹੋਣੇ ਆ ਖੋਣਾ ਆਹੋ ਰੌਲਾ ਪਾਉਂਦਾ। ਆ ਗਏ ਆ ਗਏ ਆ ਗਏ ਆ ਗਏ ਆ ਗਏ ਵਾਓ ਕਿੱਡੀ ਸੋਹਣੀ ਬਣਾਈ ਆ ਡਰਾਇੰਗ ਭਾਈ, ਹਾਂ ਬਹੁਤ ਸੋਹਣੀ ਆ, ਬਾਲ ਤਾਂ ਜਮੀ ਅਸਲੀ ਆ, ਅੱਖਾਂ ਵੀ ਲੱਗਦੀਆਂ ਨੇ ਦੇਖ ਸਾਬੂ, ਇਹ ਤਾਂ ਛੱਡ ਗਈ ਹੁਣ ਭਾਈ, ਇਹ ਤਾਂ ਬਹੁਤ ਭਾਈ ਨੰਗੂ ਵੈਲਕਮ, ਬਹੁਤ ਬਹੁਤ ਕਿਵੇਂ ਆਏ ਹੋਏ ਫਿਰ, ਹੁਣ ਤਾਂ ਥੋੜੀਆਂ ਰਹਿ ਗਈਆਂ ਬਸ, ਹੁਣ ਫਾਊਲ ਬੰਦ ਕਰੋ, ਫਾਊਲ ਹੈ ਉਹ ਕੁਛ ਨਹੀਂ, ਫਾਊਲ ਬੰਦ ਆਰਾਮ ਨਾ ਪਾਣਾ ਉੱਥੇ ਹੋ ਕੇ ਟਕਾ ਕੇ ਥੱਲੇ ਨੂੰ ਝੋਕ ਕੇ ਮਾਰ, ਤੂੰ ਤਾਂ ਉਹ ਖੜਿਆ ਖੜੇ ਮਾਰੀ, ਬਾਏ ਬਾਏ ਕਰਤੀ ਜੀ ਅਸੀਂ ਸਾਰਿਆਂ ਨੂੰ, ਹੁਣ ਚੱਲਿਆ ਘਰ ਨੂੰ, ਕੈਰਮ ਬੋਰਡ ਜਿੱਤ ਗਏ, ਕੈਰਮ ਬੋਰਡ ਚੀਟਿੰਗ ਨਹੀਂ ਕੀਤੀ ਇਹਨਾਂ ਨੇ, ਪਤਾ ਕੀ ਕੀਤਾ ਸਾਹਿਬ ਕਹਿੰਦਾ, ਤੁਸੀਂ ਦੇਖਿਆ ਸੀ ਨਾ ਕਿ ਸਾਹਿਬ ਨੇ ਫੜਾ ਕੇ ਫਿਰ ਉਹ ਕੀਤਾ ਸੀਗਾ, ਲੰਘ ਚੁੱਗੀ ਚਲੋ, ਮੈਨੂੰ ਨਹੀਂ ਪਤਾ ਕੀ ਕੀਤਾ ਸੀ, ਟਾਈਮ ਕਿੰਨਾ ਹੋ ਗਿਆ ਸਰ, 10 ਵਜ ਗਏ ਪੂਰੇ, ਹੁਣ ਚੱਲੇ ਆਪਾਂ ਘਰ ਨੂੰ, ਕਿੰਨੇ ਬਸ ਪਹਿਲਾਂ ਖੇਡੇ ਗਏ ਹੁਣ ਲੜ ਪਏ, ਤੁਸੀਂ ਐਂ ਕੀਤਾ ਤੁਸੀਂ ਐਂ ਕੀਤਾ ਤੁਸੀਂ ਐਂ ਕੀਤਾ, ਤੁਸੀਂ ਫੋਨ ਸਿੱਟ ਦੋ ਬਸ, ਓਕੇ ਜੀ ਬਾਏ ਬਾਏ, ਗੁੱਡ ਨਾਈਟ ਗੁੱਡ ਨਾਈਟ ਗੁੱਡ ਨਾਈਟ।